الحمد لله رب العالمين وصلى الله تعالى على خير خلقه سيدنا محمد صلى الله عليه وسلم نصب رایا دیو اے دا حوالہ رہ گیا مجمع زواج ہاں اے کیڑا حوالہ سی بیٹا اے لکھ لو نا 224 صفحہ 224 جلد نمبر 10 جلد نمبر 10 ہاں ਇਹਦਾ ਤਾਂ ਉਹ ਜਨਾਜ਼ੇ ਵਾਲਾ ਸੀ ਇਹ ਰਹਿ ਗਿਆ ਸੀ ਹੈਂ ਅੱਛਾ ਅੱਲਾਹ ਇਹਦਾ ਲਿਖੋ 269-270 ਦੂਸਰੀ ਜਿਲਦ ਇਹ ਜਨਾਜ਼ੇ ਵਾਲਾ ਜਿਹੜਾ ਐਤ ਪੜ੍ਹੀ ਜਿਹੜੀ ਉਹਦਾ ਵੀ ਕੁਰਾਨ ਪਾਕ ਚ ਹਵਾਲਾ ਦੇ ਸੂਰਾ ਨੂਰ ਅੱਲਾਹ ਪਾਕ ਇਹਦੇ ਫਰਮਾਉਂਦਾ الخبيثات للخبيثين والخبيثون للخبيثات والطيبون للطيبين والطيبون للطيب اولئك مبرؤون مما يكون لهم مغفرة ورزق كريم ਇਹ ਪਹਿਲਾਂ ਉਹ ਆਇਤ ਆਉਂਦੀਆਂ ਕਿ ਲੋਏ ਨੂੰ ਫਿਰ ਦੁਨੀਆ ਵਾਲਾ ਆਖਰਾ ਵਾਲਾ ਮਜ਼ਾਬ ਨਜ਼ੀਮ ਯਾਮਾ ਤਸ਼ਾ ਦੁਆਰਾ ਮਰਸਨਾ ਤੁਮ ਵਾਇਦੀ ਇਮਰ ਜ਼ੁਲਮ ਬਿਮਾ ਕਾਨੂ ਯਾ ਹੱਥ ਪੈਰ ਉਸ ਦਿਨ ਗਵਾਹੀ ਦੇਣਗੇ ਯਾਮਾ ਜਨ ਯਫੀਮ ਅੱਲਾ ਦੀਨ ਅਮਲ ਹੱਕ ਪੂਰਾ ਬਦਲਾ ਲਾ ਦੇ ਦੂਗਾ ਉਸ ਉਹਦੇ ਅੱਗੇ ਫਿਰ ਆਉਂਦਾ ਕਿ ਨੇਕਾਂ ਨੂੰ ਨਿਮਤਾਂ ਮਿਲਣਗੀਆਂ ਬੁਰਿਆਂ ਨੂੰ ਮੁਸੀ ਹੈਂ ਹਾਂ ਜਿਹੜੀ ਜ਼ਨਾ ਦੇ ਬਾਰੇ ਖੁਤਬਾ ਸ਼ੁਰੂ ਕੀਤਾ ਸੂਰਾ ਜ਼ੁਮਰ ਲਾਉਣ ਸੂਰਾ ਜ਼ੁਮਰ ਉਹਦਾ ਨੋਟ ਕਰੋ ਇਹ ਆਇਤ ਜਿਹੜੀ 9 ਨੰਬਰ ਹੈ ਕੁਲ ਹਲ ਯਸਤਾ ਬਿੱਲਾ ਦੀ ਨਜਾ ਲਮੁਨ ਵਾਲਾ ਇਹ ਹੁਣ ਮਸਾਇਲ ਜਿਹੜੇ ਰਹਿ ਗਏ ਨਾ ਵਕਤ ਥੋੜ੍ਹਾ ਅਤੇ ਮਸਾਇਲ ਹੁਣ ਫਾਤਿਹਾ ਦਾ ਔਰ ਹਜ਼ਰਤ ਅਲੀ ਦੇ ਬਾਅਦ ਅੱਛਾ ਪਹਿਲਾਂ ਤਾਂ ਦਸਤੂਰ ਦੇ ਮੁਤਾਬਕ ਐਲਾਨ ਸੁਣੋ ਔਰਤ ਔਰ ਉਹਦੀ ਬੱਚੀਆਂ ਆਈਆਂ ਸੀ ਵਿਚਾਰੀਆਂ ਮਜ਼ਦੂਰ ਮੈਂ ਤਾਂ ਫਿਰ ਉਹਨਾਂ ਨੂੰ ਜਾਣਦਾ ਨਹੀਂ ਸੀ ਹਾਜੀ ਸਾਹਿਬ ਕੋ ਭੇਜਿਆ ਸਾਰੇ ਖਜ਼ਾਨਚੀ ਇਹਨਾਂ ਨੇ ਤਾਈ ਕੀਤੀ ਵੀ ਬਿਲਕੁਲ ਹੱਕਦਾਰ ਹੈ ਤੋ ਅੱਲਾਹ ਤਾਲਾ ਤੌਫੀਕ ਦੇ ਤੋ ਉਸ ਬੱਚੀ ਦੀ ਸ਼ਾਦੀ ਦਾ ਇੰਤਜ਼ਾਮ ਕਰ ਦਿਓ ਵਿਚਾਰੀ ਦੇ ਹੱਥ ਵੀ ਇਸ ਤਰ੍ਹਾਂ ਮਾਈ ਦੇ ਹੋਏ ਆ ਬੇਵਾ ਅੱਲਾਹ ਤੌਫੀਕ ਦੇ ਕਬੂਲ ਫਰਮਾਏ ਮਦਦ ਕਰ ਦਿਆ ਕਰੋ ਇਨਸ਼ਾ ਅੱਲਾਹ ਇਹ ਤੁਹਾਡਾ ਦੇਣਾ ਜਿਹੜਾ ਅੱਲਾਹ ਦੇ ਹਾਂ ਤੁਹਾਡੀ ਨਜਾਤ ਦਾ ਬਾਇਸ ਬਣਨਾ ਦਲੇਰੀ ਕਰਿਆ ਕਰੋ ਬੰਦੇ ਸਫ਼ਾਂ 'ਚ ਘੁੰਮਦਿਆ ਕਰੋ ਇਕੱਠਾ ਕਰਿਆ ਕਰੋ ਦੇਣ ਵਾਲਿਆਂ ਨੂੰ ਵੀ ਅਜਰ ਜਿਹੜੇ ਜਮ੍ਹਾਂ ਕਰਦੇ ਹੋ ਉਹਨਾਂ ਨੂੰ ਵੀ ਅੱਲਾਹ ਤਾਲਾ ਅਜਰ ਸਵਾਬ ਦੇਊ ਇਹ ਮਾਸਟਰ ਸਾਹਿਬ ਨੇ ਲਿਖਿਆ ਇੱਕ ਸਿੱਖ ਉਸਤਾਦ ਪੜ੍ਹਾਤਾ ਥਾ ਸਿਆਸਤਾ ਕੇ ਲਫਜ਼ ਆਇਆ ਤੋ ਬੋਰਡ ਪਰ ਲਿਖ ਕੇ ਹਦੀਸ ਕੀ 6 ਕਿਤਾਬੋਂ ਕੇ ਨਾਮ ਲਿਖ ਕੇ ਵਜ਼ਾਤ ਕੀ ਆਜ ਕਲ ਸੀਸ ਐੱਸ ਐੱਸ ਕਰਨੇ ਵਾਲੇ ਕਹਤੇ ਹੈ ਇਹ ਕਿਤਾਬ ਹੈ ਇਤਨੇ ਪੜ੍ਹੇ ਲਿਖੇ ਮੁਸਲਮਾਨ ਕੋ ਇਹ ਵੀ ਪਤਾ ਨਹੀਂ ਇਹ ਡੀ ਸੀ ਥਾ ਮੁਸਲਮਾਨ ਡੀ ਸੀ ਥਾ ਹਵਾਲਾ ਦਿੱਤਾ ਵੀ ਉੱਧਰ ਸਿੱਖ ਨੂੰ ਇੰਨਾ ਇਰਮ ਸੀ ਮੁਸਲਮਾਨਾਂ ਦੇ ਬਾਰੇ ਜੋ ਉਹਨੇ ਉਸਤਾਦ ਨੇ ਸਿੱਖ ਨੇ ਲਿਖਿਆ ਸਿਹਾ ਸਹੀ ਨੂੰ ਆਉਂਦੇ ਸਿੱਤਾ ਛਿਆਂ ਨੂੰ ਕਿ 6 ਕਿਤਾਬਾਂ ਮੁਸਲਮਾਨਾਂ ਦੀਆਂ ਯਾਰੇ ਸੁਣਦੀਆਂ ਸਹੀ ਅਤੇ ਨਾਮ ਹੀ ਉਹਨੇ ਲਿਖ ਦਿੱਤੇ ਬੁਖਾਰੀ ਮੁਸਲਮ ਤਿਰਮਦੀ ਨਸਾਈ ਅਬੂ ਦਾਊਦ ਇਬਨ ਮਾਜਾ ਤੋ ਮਾਸਟਰ ਸਾਹਿਬ ਦਾ ਕਹਿਣਾ ਵੀ ਵੇਖੋ ਸਿੱਖ ਨੂੰ ਇੰਨਾ ਪਤਾ ਸੀ ਅਤੇ ਮੁਸਲਮਾਨ ਡੀ ਸੀ ਜਿਹੜਾ ਨੇ ਇਹਨੂੰ ਪੁੱਛਿਆ ਗਿਆ ਵੀ ਕਹਿੰਦਾ ਇੱਕ ਕਿਤਾਬ ਹੈ ਸਿਆਸਤ ਛਿਆਂ ਦੀ ਬਜਾਇ ਨਾ ਇਹ ਵੀ ਨਹੀਂ ਪਤਾ ਵੀ ਸਿੱਤਾ ਵੀ ਛਿਆਂ ਨੂੰ ਆਉਂਦਾ ਇਹੋ ਜਿਹਾ ਜਦੋਂ ਹੁਣ ਮੁਸਲਮਾਨ ਹੋ ਗਿਆ ਤਾਂ ਖੈਰ ਕਿੱਥੋਂ ਆਉਣੀ ਫਿਰ ਜਾਹਿਲਾਂ ਨੂੰ ਪੜ੍ਹਾਉਂਦੇ ਹੱਥ ਦੀਨ ਆਇਆ ਬਿਲਕੁਲ ਤਬਾਹੀ ਹੋਈ ਔਰ ਕਈ ਵਾਰੀ ਇੰਟਰਵਿਊ ਛਪਦੇ ਆ ਵੀ ਉਹ ਲੜਕਿਆਂ ਨੂੰ ਪੁੱਛਿਆ ਹਜ਼ੂਰ ਦੇ ਵਾਲਦ ਦਾ ਨਾਂ ਕੀ ਉਹ ਵੀ ਨਹੀਂ ਆਇਆ ਐੱਮ ਏ ਕਰਨ ਜਾਂਦੇ PhD ਕੇ ਨੂੰ ਪੁੱਛਿਆ ਹਜ਼ੂਰ ਦਾ ਕੀ ਨਾਂ ਆਉਂਦਾ ਨਬੀ ਪਾਕ ਹੀ ਮੁਹੰਮਦ ਵੀ ਨਹੀਂ ਆਉਂਦਾ ਇਹੋ ਜਿਹੇ ਲੋਕਾਂ ਨੇ ਬਿਲਕੁਲ ਤਬਾਹੀ ਕਰਤੀ ਵੀ TV ਅੱਗੇ ਬਹਿ ਰਹੇ ਕੰਪਿਊਟਰ ਵੇਖਦੇ ਰਹੇ ਨੱਚਦੇ ਗਾਉਣੇ ਸਿਖਾਉਂਦੇ ਰਹੇ ਕੋਈ ਖਬਰ ਨਹੀਂ ਕੋਈ ਆਪਣੇ ਰਸੂਲ ਦਾ ਵੀ ਪਤਾ ਹੋਵੇ ਕੋਈ ਦੀਨ ਦਾ ਪਤਾ ਹੋਵੇ ਇਹ ਕਿਆਮਤ ਦੀ ਨਿਸ਼ਾਨੀ ਹੈ ਇਲਮ ਖਤਮ ਹੋ ਜੂਗਾ ਜਾਹਿਰਾਂ ਲੋਕ ਆਪਣਾ ਸਰ ਬਣਾ ਲਏ ਅੱਲਾਹ ਫਜ਼ਲ ਫਰਮਾਏ اللهم صل على سيدنا ونبينا محمد النبي الأمي وأزواجه أمهات المؤمنين وذريته وأهل بيته كما صليت على إبراهيم إنك حميد مجيد
اللهم اغفر للمؤمنين والمؤمنات والمسلمين والمسلمات الأحياء منهم والأموات عباد الله إن الله يأمر بالعدل والإحسان وإيتاء ذي القربى وينهى عن الفحشاء والمنكر والبغي يعظكم لعلكم تذكرون